स्वागत है जी ਤੁਹਾਡਾ ਪੰਜਾਬੀ ਚੈਨਲ ਤੇ ਅਸੀਂ ਕਰ ਰਹੇ ਹਾਂ ਮਾਸਟਰ ਕੈਡਟ ਦੀ ਤਿਆਰੀ ਤੇ ਅੱਜ ਅਸੀਂ ਪੜਾਂਗੇ ਗੁਰਦਿਆਲ ਸਿੰਘ ਬਾਰੇ। ਗੁਰਦਿਆਲ ਸਿੰਘ ਦੇ ਪਿਤਾ ਦਾ ਨਾਮ ਹੈ ਜਗਤ ਸਿੰਘ, ਮਾਤਾ ਦਾ ਨਾਮ ਹੈ ਨਿਹਾਲ ਕੌਰ। ਜਨਮ ਉਹਨਾਂ ਦਾ 10 ਜਨਵਰੀ 1933 ਨੂੰ ਭੈਣੀ ਫੱਤਾ ਬਰਤਾਨਵੀ ਪੰਜਾਬ ਵਿੱਚ ਹੋਇਆ ਸੀ। ਮੌਤ ਉਹਨਾਂ ਦੀ 16 ਅਗਸਤ 2016 ਬਠਿੰਡਾ ਵਿੱਚ ਹੋਈ ਸੀ। ਅਤੇ ਆਪਣੇ ਸਾਹਿਤਕ ਸਫ਼ਰ ਜਿਹੜਾ ਸੀ ਉਹ ਕਹਾਣੀਕਾਰ ਵਜੋਂ ਸ਼ੁਰੂ ਕੀਤਾ। ਮੜੀ ਦਾ ਦੀਵਾ ਆਪ ਦਾ ਪਹਿਲਾ ਨਾਵਲ ਸੀ 1964 ਵਿੱਚ, ਅਤੇ ਆਪ ਦੇ ਇਸ ਨਾਵਲ 'ਤੇ ਫਿਲਮ ਵੀ ਬਣੀ ਹੋਈ ਹੈ।